ਭਾਈ ਬੱਚਾ ਦੁੰਦਾ ਖੀਰਾ, ਬੜਾ ਵਹਿਲ ਕਰਾ ਰਿਹਾ ਬੱਚਾ, ਦੁੰਦਾ ਬੱਚਾ ਜੀ, ਬੜਾ ਔਖਾ ਚੜ ਰਿਹਾ। ਅੱਛਾ ਚੀਰੇਗਾ ਜੀ? ਵਜ਼ਨ ਇਹਦਾ ਦੱਸਨੇ ਆ 2-300-8 ਦੀ ਟਿੱਲਾ ਛੱਡ, 310 ਕਿਲੋ। ਕਿੰਨੇ ਪੈਸੇ ਨੇ ਭਾਈ? 1,75,000। ਨਾਸਰ ਕਿੰਨੇ ਪੈਸੇ ਲਾਈ? ਇੱਧਰ ਵੇਖ ਕੇ ਗੱਲ ਕਰ ਯਾਰ। 1,45,000 ਲਾਇਆ ਜਨਾਬ। ਵਾਧਾ ਘਾਟਾ ਕਰ, ਕਿੰਨੇ ਲੈਣਾ? 1.5 ਲੱਖ ਰੁਪਇਆ ਨਾਸਰ ਭਾਈ ਨੇ ਕਹਿ ਦਿੱਤਾ। ਇਹ ਭਾਈ ਰਾਮ ਅੱਛਾ ਲੈਣਾ ਜੀ? 4 ਜਾਨਵਰ ਲੈਣੇ ਨੇ। ਆ ਤੈਨੂੰ ਪੈਸੇ ਉਹਨੇ ਚੁੱਕੇ ਆ ਤੇ, ਚਲੋ ਤੇਰੀ ਮਰਜ਼ੀ ਦੀ ਗੱਲ। 253 ਕਿਲੋ ਬੱਚਿਆ ਜੀ। ਕਿੰਨੇ ਦਾ ਹੁੰਦਾ ਚਾਚਾ? ਹੈਂ, ਤੈਨੂੰ ਪੈਸਾ ਸੋਹਣੇ ਆਖੇ ਨੇ, ਹੋਰ ਗੁਜ਼ਾਰ ਦੋ ਦੀ ਕਸਰ ਹੈਗੀ? ਕਿੰਨੇ? 1-5 ਆਖਿਆ ਜੀ, ਕੋਈ ਹੈਗੀ ਕਸਰ ਤੁਹਾਡੇ ਕੋਲ? 1-7 ਦਾ ਹੁੰਦਾ, 8 ਦਾ ਹੁੰਦਾ, ਕਿੱਥੇ ਹੁੰਦਾ ਬਾਬਾ? ਫਿਰ ਫਰਕ ਆਪਣਾ ਬੜਾ, ਜੇ ਫਰਕ ਨਾ ਨਾ ਹੁੰਦੇ। ਹੈਂ, 2-22 ਦਾ ਬਸ ਲਾ ਲਓ, ਫਰਕ ਬੜਾ। 1-8 ਦਾ ਅਗਰ ਹੋਵੇ ਤਾਂ ਅਸੀਂ ਹਾਜ਼ਰ ਹਾਂ। 1,08,000 ਦਾ ਅਗਰ ਹੋਵੇ ਤਾਂ ਬਾਬਾ ਜੀ ਅਸੀਂ ਹਾਜ਼ਰ ਹਾਂ। ਬਾਬਾ ਜੀ ਪੂਰੇ 10 ਚ ਹੁੰਦਾ? 2,10,000 ਕਹਿਤਾ ਜੀ। 253 ਕਿਲੋ ਬੱਚਾ ਸੀ। ਇਹ ਬੱਚਾ ਵੇਖੋ, ਪਾਣੀ ਵੇਖੋ ਇਹਦਾ। ਵਾਹ ਵਪਾਰੀਆ, ਅਸਲ ਵਪਾਰੀ ਤੂੰ ਹੈ, ਮੈਂ ਹਿਸਾਬ ਲਾਇਆ। ਕਿਉਂ ਬਾਈ? ਮੈਂ ਹਿਸਾਬ ਲਾਇਆ, ਅਸਲ ਵਪਾਰੀ ਤੂੰ ਹੈ। ਵਿਚੋਧੇ ਵਪਾਰੀ ਤਾਂ ਬੋਂਗੇ ਹੀ ਨੇ, ਜਿਹੜੇ ਪਾਣੀ ਪੂਣੀ ਨਹੀਂ ਪਿਆਉਂਦੇ ਉਵੇਂ ਚੜਾ ਦਿੰਦੇ ਨੇ। ਅਸੀਂ ਬੱਛਾ ਕੰਡੇ 'ਤੇ ਚੜਾਈਦਾ, 30-35 ਕਿਲੋ ਪਾਣੀ ਪਿਆ। ਕਿਉਂ ਬਈ? ਕੋਈ ਫਾਇਦਾ ਵੀ ਹੋਵੇ। ਹਾਂਜੀ ਬੁਢਾ ਜੀ, 1,10,000, 257 ਕਿਲੋ ਬੱਛਾ। ਦੁੰਦਾ ਬੁਢਾ ਜੀ? ਹਾਂ, ਖੀਰਾ ਦਾ ਪਾਣੀ ਵੇਖੋ। ਜ਼ਾਲਿਮ ਜਾਨਵਰ ਸੇ ਜ਼ੁਲਮ ਕਰਤਾ ਹੈ। ਹੋਰ ਪਾਣੀ ਵਾਲਾ ਕੇ ਜਾ ਹੁੰਦਾ ਵਿਖੇ? ਇਹ ਜੀ ਪਾਣੀ ਫੁੱਲ ਪਿਆ, ਅੱਗੋ ਕਹਿੰਦਾ ਕਿ ਪਾਣੀ ਇਹ ਪਿਆ ਹੀ ਨਹੀਂ। ਤੁਸੀਂ ਉਹ ਮੈਨੂੰ ਕਹਿੰਦਾ ਕਿ ਤੁਸੀਂ ਇਹ ਵੱਛਾ ਪਾਣੀ ਵਾਲਾ ਵੇਖਿਆ ਹੀ ਨਹੀਂ। ਸਾਹੀਵਾਲ ਨਸਲ ਦਾ ਬੱਚਾ, ਕਰਾਸ ਨਸਲ ਦਾ। ਵਜ਼ਨ ਦਾ ਤੁਹਾਨੂੰ ਦੱਸ ਰਿਹਾ ਦੋਸਤਾਂ ਨੂੰ, 230 ਕਿਲੋ। ਕਿੰਨੇ ਪੈਸੇ ਬਈ? ਦੁੰਦਾ ਥੱਲੇ ਲਾ ਲਾ, ਤੂੰ ਪੈਸੇ ਦੁੰਦੇ ਤੋਂ ਵੀ ਵੱਧ ਮੰਗਦਾ ਪਿਆ ਹੈਗਾ। ਖੀਰਾ 1,40 ਜੀ, ਪੈਸੇ ਆਖੋ ਜੀ ਇਹਨੂੰ। ਉਹ ਵੀ ਇਸ ਬਾਰ ਬੂਟੇ ਨੇ ਆਹ ਵੀ ਤੂੰ ਚਲੋ ਹੁਣ ਦੇਣਾ ਤਾਂ ਹੈਗਾ ਕੋਈ ਨੀ, ਤੇ ਲੱਖ ਹੀ ਜਾ। ਚਲੋ ਮਾਸ਼ਾਅੱਲਾ, ਬੱਚੇ ਦੀ ਲੈਂਥ ਚੈੱਕ ਕਰੋ ਜੀ, ਲੰਬਾਣ ਚੈੱਕ ਕਰੋ, ਪੂਰੇ ਕੰਡੇ ਦੇ ਜਾਨਵਰ ਮਾਸ਼ਾਅੱਲਾ ਲੰਮਾ। ਬਸ ਇਹ ਉਹਨਾਂ ਵਧਾਇਆ ਜੀ ਬੱਚੇ ਕੋਲ ਵਧਣ। ਦੋਂਦਾ ਖੀਰਾ ਭਾਈ? ਖੀਰਾ ਚੜਾ ਇਹਨੂੰ, ਜ਼ੋਰ ਲਾ ਹੈਗਾ।
ਚੱਲ ਇਹਦਾ ਵਜ਼ਨ 310 ਕਿਲੋ। ਕਿੰਨੇ ਪੈਸੇ ਹੀ ਵੀਰੇ? ਉਹ ਕਿਉਂ ਖੀਰਾ ਬੱਛਾ ਯਾਰ ਲਾ ਲਾ। ਉਹ ਯਾਰ ਤੂੰ ਪੈਸੇ ਹੀ ਉਹ ਮੰਗੇ ਨੇ ਵੀ ਦੋਂਦੇ ਦੇ ਵੀ ਨਹੀਂ ਮੰਗੇ ਤੂੰ, ਦੋਂਦੇ ਦੇ ਵੀ ਲੰਘ ਗਿਆ ਯਾਰ। ਹੁਣ ਕੀ ਰੇਟ ਥੱਲੇ ਲਿਆ? ਰੇਟ ਮੰਗ ਜਿਹੜਾ ਰੇਟ ਬੰਦ ਹੈ ਫਿਰ ਤੈਨੂੰ ਪੈਸੇ ਆਖੀਏ। ਐਵੇਂ ਤਾਂ ਨਾ ਪੈਸੇ ਮੰਗ ਲਿਆ ਕਰੋ ਯਾਰ, 5-10 ਹਜ਼ਾਰ ਡਾਲਰ ਰੱਖਿਆ ਕਰੋ, ਜ਼ਿਆਦਾ ਨਾ ਰੱਖਿਆ ਕਰੋ। ਹੁਣ ਕਿੰਨੇ ਪੈਸੇ ਦੇਈਏ? ਕਿੰਨੇ ਪੈਸੇ ਦੇ? 300 ਕਿਲੋ ਬੱਛਾ ਖੀਰਾ ਬੱਛਾ ਆਉਂਦਾ ਕਿੱਥੇ 10 ਹਜ਼ਾਰ? ਡੇਢ ਤਾਂ ਆਉਂਦਾ ਜੀ, 1-55 ਦਾ, 1,55,000 ਕਹਿਤਾ ਜੀ ਬੱਛੇ ਦਾ। ਬੱਛਾ ਤੁਸੀਂ ਵੇਖ ਸਕਦੇ ਜੀ 315 ਕਿਲੋ ਵਜ਼ਨ ਸੀ। ਅਏ ਹੋਰ 5,000 ਪਾ ਲਾ, 60 ਚ ਹੁੰਦਾ ਜੀ, 60 ਚ ਹੁੰਦਾ ਜੀ, ਜਾਂ ਹੁਣ ਤੇਰੀ ਮਰਜ਼ੀ ਦੀ ਗੱਲ ਨਹੀਂ। ਕਰਾਸ ਬੱਛਾ ਜੀ ਚੋਲਸਤਾਨੀ, 215 ਕਿਲੋ ਬੱਛਾ, ਪਾਣੀ ਦੇ ਬੁੜਾ ਜੀ 25 ਕਿਲੋ ਹੈਗਾ ਜੇ। ਉਹ ਸਰ ਜੀ ਪਾਣੀ ਸਾਨੂੰ ਦਿਸਦਾ ਪਿਆ ਹੈ। ਪਚਾਸੀ 600 86 ਚ ਹੁੰਦਾ, ਆਉਂਦਾ ਕਿੱਥੇ ਆ? 87 ਦਾ ਹੁੰਦਾ। ਚਲੋ ਕਰਾਸ ਬੱਛਾ ਜੀ ਇੱਕ ਹੋਰ ਚੋਲਸਤਾਨੀ ਕਰਾਸ, ਵੱਡੇ ਅੱਡਾਂ ਵਾਲਾ ਸੋਹਣਾ ਬੱਛਾ ਹੈ, ਫੈਟਨਿੰਗ ਦੇ ਲਿਹਾਜ਼ ਨਾਲ ਗਰੋਥ ਕਰਨ ਵਾਲਾ ਬੱਛਾ ਹੈ। 85,000 ਬੂਟਾ ਜੀ ਨੇ ਕਿਹਾ, 210 ਕਿਲੋ ਬੱਛਾ ਹੈ। ਬਾਬਾ ਜੀ ਤੁਸੀਂ ਕੀ ਆਉਂਦੇ ਜੇ? ਬਾਬਾ ਤੂੰ ਨਾਲ ਹੀ ਨਿਖਰ ਗਿਆ ਕੈਮਰਾ ਵੇਖ ਕੇ। 90 ਦਾ ਹੁੰਦਾ, ਥੱਲੇ ਲਾ ਲਵੋ। ਅਗਰ 90 ਚ ਹੋਵੇ ਤਾਂ ਅਸੀਂ ਹਾਜ਼ਰ ਹਾਂ। ਉੱਚੀ ਬੋਲੋ ਥੋੜ੍ਹਾ ਜਿਹਾ। ਠੀਕ ਹੈ ਠੀਕ। ਦੋ ਬੱਛੇ ਜੀ ਕਰਾਸ ਬੱਛੇ, ਸਾਹੀਵਾਲ ਕਰਾਸ, ਰੰਗ ਸੋਹਣੇ, ਪਾਣੀ ਵੀ ਚੰਗਾ ਪਿਆ ਹੈ ਬਾਈ ਦੇ ਕੰਡੇ ਚੜਾਓ ਨੇ। ਵੀਡੀਓ ਲਾਈਕ ਕਰੇਗਾ ਅਸੀਂ ਤੇਰੇ ਬੱਛੇ ਪਾਣੀ ਵਾਲੇ ਨਾ ਆਖੀਏ, ਤੂੰ ਪਾਣੀ ਪੀਵਾਵੇਂਗਾ ਤੇ ਅਸੀਂ ਪਾਣੀ ਪੀਵਾਵਾਂਗੇ ਆਖਾਂਗੇ ਨਾ। ਹੋਰ ਕੀ ਹੈ ਆ ਵੇਖ ਹਾਂ, ਦਾਰੂ ਪੀਤੀ, ਪਾਣੀ ਨੀ ਪੀਤਾ। 244 ਕਿਲੋ ਕਿੰਨੇ ਪੈਸੇ ਵੀਰੇ? 10 ਦੋਂਦਾ ਦੋਂਦਾ ਤੇ ਫਿਰ 1-55 ਕਿਉਂ? 1-10 ਥੱਲੇ ਲਾ ਲਾ ਬਾਈ, 5 ਮਿੰਟ 1-10 ਬੁੜਾਈ ਕੋਈ ਸਮਝ ਆਉਂਦੀ ਏ? ਹੋਰ 5,000 ਪਾਈਏ, 115,000 ਚ ਹੁੰਦਾ। ਅਏ ਹੁੰਦਾ ਕਿੱਥੇ? ਤੂੰ ਵੀ ਬੋਲ ਦਿਵਿਆ, ਤੂੰ ਥੱਲੇ ਭਰਾ ਜਾ, ਤੂੰ ਉੱਥੇ ਖੜਾ, ਤੂੰ ਤਾਂ ਵਪਾਰੀ। ਮਾਸ਼ਾਅੱਲਾ ਜੀ ਬੱਛਾ ਬਹੁਤ ਪਿਆਰਾ ਹੈ, ਇਸ ਤਰ੍ਹਾਂ ਦਾ ਬੱਛਾ ਲੈਣਾ ਚਾਹੀਦਾ ਹੈ। ਇਹ ਹੁਣ ਸਾਨੂੰ ਬੱਛਾ ਬਣੇ ਜਾਂ ਨਾ ਬਣੇ ਉਹ ਵੱਖਰੀ ਗੱਲ ਹੈ। ਬੱਛਾ ਖਾਲੀ ਬੱਛਾ ਹੈ, ਪੇਟ ਕੋ ਨਹੀਂ ਹੁੰਦਾ ਹੈਗਾ, ਪਾਣੀ ਕੋ ਨਹੀਂ ਹੈਗਾ। ਉਸ ਤੋਂ ਬਾਅਦ ਸਾਹੀਵਾਲ ਚੋਲਸਤਾਨੀ ਕਰਾਸ ਬੱਛਾ ਹੈ, ਖੁੱਲ੍ਹਾ ਬੱਛਾ ਹੈ, ਯਾਨੀ ਖੁੱਲ੍ਹੇ ਤੋਂ ਮੁਰਾਦ ਅੱਡਾਂ ਵਾਲਾ ਬੱਛਾ ਹੈ, ਜਿਲਦ ਖੁੱਲ੍ਹੀ ਹੈ, ਬੱਛਾ ਗਰੋਥ ਕਰਨ ਵਾਲਾ। ਬੁੜਾਈ ਕਿੰਨੇ ਪੈਸੇ ਆਖੇ? ਕਿੰਨਾ ਵਜ਼ਨ ਹੈ? ਕਿੰਨਾ ਦਿਨ ਹੈ? ਉਹ ਕਿਹੜੇ ਦੁੰਦਾ ਉਹ ਬਾਈ ਕੀ ਦੁੰਦਾ ਯਾਰ? ਗੋਜ ਦੇ ਹਿਸਾਬ ਨਾਲ ਪੈਸੇ ਫਿਰ ਵੀਰੇ ਮੰਗ। 35 ਸਾਡਾ ਅਸੀਂ ਫੈਕਟਰੀ ਸਿਵਾ ਕਰਾਵਾਂਗੇ, 20,000 ਕਟਾਵਾਂਗੇ, 5। ਵਾਹ ਬਾਈ ਵਾਹ, ਵਾਹ ਬਾਈ ਵਾਹ ਬਾਈ, ਬੱਛਾ ਸੋਹਣਾ ਸੀ ਲੇਕਿਨ ਪੈਸੇ ਹੀ ਬਹੁਤ ਮੰਗ ਰਹੇ।
ਦਿੰਦਾ ਚਲ ਚੜਾ ਦਿਓ ਯਾਰ ਖੈਰ ਇਹ ਬੱਚੇ ਵੱਡੇ ਨੇ ਕਿੰਨੇ ਪੈਸੇ ਨਹੀਂ ਆਪਣਾ ਨਹੀਂ ਚੱਲ ਡੇਢ ਲੱਖ ਡੇਢ ਲੱਖ ਤੂੰ ਦੱਸ ਉਹ ਪਾਣੀ ਬੜਾ ਪੀਤਾ ਤੂੰ ਦੱਸ ਕੀ ਕਿੱਥੇ ਹੁੰਦਾ ਹੈ ਹੁੰਦਾ ਕਿੱਥੇ ਆ ਉੱਚੀ ਬੋਲ ਕੋਈ ਗੱਲ ਨਹੀਂ ਯਾਰ 155 ਹੁੰਦਾ ਪੱਕਾ ਵਪਾਰੀ ਹੈ ਤੂੰ ਤੂੰ ਪਾਣੀ ਜਾਨਵਰ ਦੀ ਮੈਂ ਨਾ ਪੁੰਡੇ ਚ ਪਾ ਕੇ ਲੈ ਆਣਾ 230 ਕਿਲੋ ਵੱਛਾ ਹੈ ਜੀ ਦੁੰਦਾ ਵੱਛਾ ਜੀ ਪੈਸੇ ਬਾਈ ਨੂੰ ਆਉਣੇ ਆ ਇਹ ਦੰਦ ਦੇ ਵੇਖ ਲਓ ਜ਼ਰਾ ਬੁੜਾ ਜੀ ਦੱਸੋ ਪੈਸੇ 1,10,000 ਬਸ 1,10,000 ਪਾਣੀ ਵੇਖੋ ਜੀ ਬੁੜਾ ਜੀ ਕਮ ਅਜ਼ ਕਮ 35-40 ਕਿਲੋ ਪਾਣੀ ਮੈਂ ਨਾ 35-40 ਪਾਣੀ 5,000 ਹੋਰ ਹੀ ਤੂੰ ਦੇ ਲੈ 155 ਗਿਆ ਤੈ ਕਰਾਸ ਬੱਚਾ ਜੀ ਖਿਰੇ ਕਿੰਨੇ ਪੈਸੇ ਵੀਰੇ 197-98 ਕਿਲੋ ਵਜ਼ਨ ਹੈ ਜੀ 85-86-87 ਫਿਰ 85 ਹੋ ਆ ਪੈਸੇ ਲੈ ਲਾ ਵੀਰ ਤੈਨੂੰ ਪੈਸੇ ਸੋਹਣੇ ਆਖੇ ਨੇ ਚੰਗਾ ਜੀ ਚਲੋ ਤੇਰੀ ਮਰਜ਼ੀ ਦੀ ਗੱਲ 87 ਕਹਿਤਾ ਬਾਈ ਨੂੰ ਵਜ਼ਨ ਹੈਗਾ 197-98 ਕਿਲੋ ਬਸ ਬੁੜਾ ਇਨਾਮ ਤਾਂ ਆਇਆ ਜੀ ਬਸ 90,000 ਰੁਪਇਆ ਕਹਿਤਾ ਬਾਈ ਨੇ 197-98 ਕਿਲੋ ਤਕਰੀਬਨ 450 ਰੁਪਏ ਪੈ ਜਾਏਗਾ ਨਹੀਂ ਬਾਬਾ ਜੀ ਇਹ ਛੋਟਾ ਬੱਚਾ ਹੈ ਵਲੈਤੀ ਇਹਨੇ ਆਪਾਂ ਲੈਣਾ ਇੱਕ ਹੋਰ ਬੱਚਾ ਚੜਾਇਆ ਜਾ ਰਿਹਾ ਗਦਰਾ ਬੱਚਾ ਜੀ ਸਲੇਟੀ ਕਲਰ ਦਾ ਜੀ ਖੀਰਾ ਬੱਚਾ ਖੀਰਾ ਤਿਆਰ ਬੱਚਾ ਸੋਹਣਾ ਬੱਚਾ ਵਜ਼ਨ 237 ਕਿਲੋ ਕਿੰਨੇ ਪੈਸੇ ਬੁੜਾ ਜੀ ਪੈਸੇ ਬਣਾਓ ਹਾਂ ਜ਼ਰਾ 237 1,05,000 1,07,000 ਤੂੰ ਕੀ ਆਣਾ ਆਪਣਾ ਸੌਦਾ ਹੁੰਦਾ ਨੇੜੇ ਨੇੜੇ ਕੋਈ ਹੁੰਦਾ ਇਹ ਦੱਸ ਚਲੋ ਫਿਰ ਥੱਲੇ ਲਾ ਲਾ ਜੇ ਨੇੜੇ ਨੇੜੇ ਹੁੰਦਾ ਤਾਂ ਨੇੜੇ ਕਰ ਲਾ ਹਾਂ ਕਿੱਥੇ ਫਾਈਨਲ ਕਿੱਥੇ ਹੁੰਦਾ ਆ ਯਾਰ ਇਹਨੂੰ 1,07 ਆਖੇ ਜੀ ਯਾਰ ਤਾਂ ਬਣਾ ਲੈ ਚਲੋ ਤੇਰੀ ਮਰਜ਼ੀ 1,10 ਕਹਿ ਤਾ ਇੱਕ ਹੋਰ ਬੱਚਾ ਜੀ ਖੁੱਲ੍ਹੇ ਜਿਸਮ ਵਾਲਾ ਬੱਚਾ ਸੋਹਣਾ ਬੱਚਾ ਜੀ ਕਾਲੇ ਰੰਗ ਦਾ ਬੱਚਾ ਕਰਾਸ ਬੱਚਾ ਇਹਦਾ ਵਜ਼ਨ ਦੱਸਦੇ ਹਾਂ ਭਾਈਆਂ ਨੂੰ 230 ਕਿਲੋ ਕਿੰਨੇ ਪੈਸੇ ਦੋਂਦਾ ਬੱਚਾ ਦੋਂਦਾ ਬੱਚਾ ਹੈ ਭਾਈ ਜਿਹੜੀ ਲੈ ਰਹੇ ਨੇ ਨਾਸਰ ਸਾਹਿਬ ਸੌਦਾ ਕਰਵਾ ਰਹੇ ਨੇ ਲਾਓ ਜੀ ਨਾਸਰ ਸਾਹਿਬ ਰੇਟ 230 ਕਿਲੋ ਬੱਚਾ ਦੋਂਦਾ ਬੱਚਾ ਹੈ
115 ਰੁਪਏ 115,000 ਲਾ ਤਾ ਨਾਸਰ ਭਾਈ ਨੇ। ਲਓ ਜੀ ਮੁਲਤਾਨ ਮੰਡੀ ਦਾ ਵਿਊ ਤੁਹਾਨੂੰ ਦੋਸਤਾਂ ਨੂੰ ਦਿਖਾਇਆ ਜਾ ਰਿਹਾ, ਕੰਡੇ ਦੀ ਖਰੀਦਦਾਰੀ ਦਿਖਾਈ ਜਾ ਰਹੀ ਹੈ, ਜਾਨਵਰ ਭਾਈਆਂ ਨੂੰ ਦਿਖਾਏ ਜਾ ਰਹੇ ਨੇ, ਮੰਡੀ ਦਾ ਰੇਟ ਦਾ ਜਾਇਜ਼ਾ ਲੈ ਕੇ ਦਿੱਤਾ ਜਾ ਰਿਹਾ। ਹਾਫਜ਼ ਮੁਸ਼ਤਰਕਾ ਕੈਟਲ ਫਾਰਮ ਦੀ ਟੀਮ 500 ਬੱਚੇ ਦੀ ਖਰੀਦਦਾਰੀ ਮੁਕੰਮਲ ਕਰਨੀ ਹੈ, 500 ਬੱਚੇ ਦਾ ਫਲਾਗ ਪਾਉਣਾ ਹੈ ਔਰ ਇਹ ਮੁਸ਼ਤਰਕਾ ਫਾਰਮ ਹੈ, ਇਹਦੇ ਕੋਈ ਦੋਸਤ ਵੀ ਸਰਮਾਇਆਕਾਰੀ ਕਰ ਸਕਦਾ ਔਰ ਘਰ ਬੈਠੇ ਮੁਨਾਫਾ ਹਾਸਲ ਕਰ ਸਕਦਾ। ਇਹ 500 ਬੱਚੇ ਦਾ ਫਲਾਗ ਅਸੀਂ 3 ਮਹੀਨੇ ਬਾਅਦ ਸਲੈਟਰ ਕਰਵਾਵਾਂਗੇ, 3 ਮਹੀਨੇ ਤਿਆਰ ਕਰਾਂਗੇ, ਉਸ ਤੋਂ ਬਾਅਦ ਜ਼ਿਬਾ ਕਰਵਾ ਦਿਆਂਗੇ। ਜਿੰਨਾ ਮੁਨਾਫਾ ਆਏਗਾ ਉਸ ਮੁਨਾਫੇ ਦੇ ਅਸੀਂ 3 ਹਿੱਸੇ ਕਰਾਂਗੇ, 1 ਹਿੱਸਾ ਮੁਨਾਫਾ ਅਸੀਂ ਰੱਖਾਂਗੇ, 2 ਹਿੱਸੇ ਮੁਨਾਫੇ ਦੇ ਉਹਨਾਂ ਦੋਸਤਾਂ ਦੇਵਾਂਗੇ ਜਿਨ੍ਹਾਂ ਦੀ ਇਨਵੈਸਟਮੈਂਟ ਹੋਵੇਗੀ। ਅਤੇ ਹਾਫਿਜ਼ ਮੁਸ਼ਤਰਕਾ ਕੈਟਲ ਫਾਰਮ ਦੇ ਵਿੱਚ ਇਨਵੈਸਟਮੈਂਟ ਕਰਨ ਦੇ ਹਵਾਲੇ ਨਾਲ ਜਿਹੜੇ ਦੋਸਤ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਨੇ, ਜਿਹੜੇ ਦੋਸਤ ਵੀ ਸਵਾਲਾਤ ਕਰਨਾ ਚਾਹੁੰਦੇ ਨੇ, ਮੇਰਾ ਨੰਬਰ ਨੋਟ ਫਰਮਾ ਲਵਨ 0301-4038-025 ਅਤੇ ਇਸ ਨੰਬਰ 'ਤੇ ਰਾਬਤਾ ਕਰ ਲਵਨ। ਇਹ ਇੱਕ ਹੋਰ ਬੱਚਾ ਚੜਾਇਆ ਗਿਆ, ਜਾਨਵਰ ਦਾ ਪੇੜ ਵੇਖੋ ਜੀ, ਇਹ ਲਟਕਿਆ ਹੋਇਆ ਹੈ। ਲਟਕਣ ਦਾ ਮਤਲਬ ਇਹ ਹੁੰਦਾ ਕਿ ਪਾਣੀ ਦਾ ਪ੍ਰੈਸ਼ਰ ਇੰਨਾ ਜ਼ਿਆਦਾ ਹੁੰਦਾ ਕਿ ਪਾਣੀ ਬਹੁਤ ਜ਼ਿਆਦਾ ਹੁੰਦਾ, ਪੇਟ ਲਟਕ ਜਾਂਦਾ। ਇਹਦਾ ਦੋਸਤ 10 ਕਿਲੋ ਵਜ਼ਨ ਹੈ, ਦੋਂਦਾ ਬੱਚਾ ਹੈ। ਕਿੰਨੇ ਪੈਸੇ ਆਖੇ ਜੀ ਬੂਟਾ ਜੀ? ਉਹ ਕੀ ਆਉਂਦਾ 95,000 ਲੈ ਲਾ ਵੀਰ, ਪਾਣੀ ਵੀ ਤਾਂ ਪਿਆ 20 ਕਿਲੋ 30 ਕਿਲੋ। ਉਹ ਪੈਸੇ ਲੈ ਲਾ ਹੁਣ, ਲੱਖ ਦਾ ਪੰਦਰਾਂ ਟਾਣੀਆਂ ਪਾਉਣ ਲੱਗ ਪਏ। ਹਾਂ ਪੂਰੇ ਲੱਖ ਦਾ ਆ ਲੈ ਪੈਸੇ, ਚਲੋ 195-96 ਕਿਲੋ ਵਜ਼ਨ ਹੈ ਜੀ। ਕਿੰਨਾ ਮੰਗਣਾ? ਦੋਂਦੇ 190-95 ਕਿਲੋ ਵਜ਼ਨ ਹੈ ਜੀ। 1-15 ਮੰਗਦਾ, 85 ਆਹਤ ਹੈ। ਬੱਚੇ ਘਾਬਰ ਕੇ ਬਿਲਕੁਲ ਵੀ ਨਹੀਂ ਲੈਣੇ, ਜਿਹੜਾ ਦੋਸਤ ਵੀ ਲੈਣਾ ਹੋਵੇ ਖਰੀਦਦਾਰੀ ਕਰਨਾ ਹੋਵੇ, ਬੱਚੇ ਬਣਨ ਠੀਕ ਹੈ ਨਾ ਬਣਨ ਫਿਰ ਵੀ ਠੀਕ ਹੈ, ਮਹਿੰਗੇ ਨਹੀਂ ਲੈਣੇ ਚਾਹੀਦੇ। 165 ਕਿਲੋ 65,000 ਦਾ 70 ਦਾ ਰੰਗ ਲਾਈਏ, ਆ ਕਿੱਥੇ ਹੁੰਦਾ ਜੀ। ਚਲੋ ਤੇਰੀ ਮਰਜ਼ੀ ਦੀ ਗੱਲ ਵੀਰ, ਕਿੰਨੇ ਦੇਣਾ ਜੀ ਵੇਖ ਲਵੋ, ਐਵੇਂ ਨਾ ਵਧਾਈਓ। 73,000 ਕਹਿਤਾ ਜੀ। ਇਹ ਬੱਚਾ ਕਾਲੇ ਰੰਗ ਦਾ ਛੋਟਾ ਬੱਚਾ, ਉਹ 80,000 ਕਹਿੰਦੇ ਨੇ। ਇਹਦਾ 200 ਕਿਲੋ ਵਜ਼ਨ ਹੈ, ਕਿੰਨਾ ਵਜ਼ਨ ਹੈ? 180 ਕਿਲੋ ਵਜ਼ਨ ਹੈ, 80,000 ਕਿਹਾ ਤਾ।